ਟ੍ਰੇਨ ਦੇ ਡੱਬੇ ਦੇ ਵਿੱਚ ਅਚਾਨਕ ਅੱਗ ਲੱਗੀ ਹੈ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਵੱਡਾ ਹਾਦਸਾ ਵਾਪਰਿਆ ਰੇਲਵੇ ਸਟੇਸ਼ਨ ਦੇ ਉੱਤੇ ਜਿੱਥੇ ਕਿ ਇੱਕ ਡੱਬੇ ਦੇ ਵਿੱਚ ਅਚਾਨਕ ਅੱਗ ਲੱਗੀ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਭਾਜਣਾ ਪੈ ਗਈਆਂ ਨੇ ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਦੇ ਉੱਤੇ ਕਾਬੂ ਪਾਇਆ ਕਈ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਬੁਲਾਉਣੀਆਂ ਪਈਆਂ ਨੇ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰੇਲਵੇ ਸਟੇਸ਼ਨ ਦੇ ਆਊਟਰ ਦੇ ਉੱਤੇ ਇਹ ਡੱਬਾ ਸੀ ਜਿਸ ਦੇ ਵਿੱਚ ਰੇਲਵੇ ਦੇ ਕਰਮਚਾਰੀ ਰਹਿੰਦੇ ਸੀ ਤੇ ਜਦੋਂ ਉਹਨਾਂ ਦੇ ਵੱਲੋਂ ਖਾਣਾ ਬਣਾਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਗੈਸ ਜੋ ਹੈ ਲੀਕ ਹੁੰਦਾ ਹੈ ਗੈਸ ਲੀਕ ਹੋਣ ਤੋਂ ਬਾਅਦ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਅੱਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਵੇਗੀ ਤਾਂ ਦੱਸ ਦਈਏ ਕਿ ਗਨੀਮਤ ਰਹੀ ਹੈ ਕਿ ਇਸ ਦੇ ਵਿੱਚ ਦੋ ਸਿਲੰਡਰ ਪਏ ਸੀ ਉਹਨਾਂ ਦਾ ਬਚਾਅ ਹੋਇਆ ਜਦਕਿ ਜਿਸ ਸਿਲੰਡਰ ਦੇ ਵਿੱਚੋਂ ਗੈਸ ਲੀਕ ਹੋਈ ਹੈ ਉਸ ਦੇ ਵਿੱਚ ਇੱਕ ਜ਼ਬਰਦਸਤ ਬਲਾਸਟ ਹੋਇਆ ਜਿਸ ਦੇ ਕਾਰਨ ਅੱਗ ਜੋ ਹੈ ਪੂਰੇ ਡੱਬੇ ਦੇ ਵਿੱਚ ਫੈਲ ਗਈ ਪਰ ਗਨੀਮਤ ਰਹੀ ਹੈ ਕਿ ਹੋਰ ਵੀ ਇਸ ਦੇ ਵਿੱਚ ਦੋ ਸਿਲੰਡਰ ਪਏ ਸੀ ਉਹਨਾਂ ਦੇ ਵਿੱਚ ਕੋਈ ਵੀ ਬਲਾਸਟ ਨਹੀਂ ਹੋਇਆ ਕਿਹਾ ਜਾ ਰਿਹਾ ਕਿ ਜਦੋਂ ਇਸ ਦੇ ਵਿੱਚ ਅੱਗ ਲੱਗੀ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਪਹੁੰਚਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ਦੇ ਉੱਤੇ ਬੁਲਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਤ ਤੋਂ ਬਾਅਦ ਇਸ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਤਾਂ ਦੱਸ ਦਈਏ ਕਿ ਅੱਗ ਲੱਗਣ ਦੀ ਘਟਨਾ ਅੰਬਾਲਾ ਦੇ ਸਟੇਸ਼ਨ 'ਤੇ ਵਾਪਰੀ ਹੈ ਹਾਲਾਂਕਿ ਅੰਬਾਲਾ ਦਾ ਉਹ ਸਟੇਸ਼ਨ ਹੈ ਜਿੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵਾਧੂ ਗਿਣਤੀ ਦੇ ਵਿੱਚ ਇੱਥੋਂ ਗੱਡੀਆਂ ਮੁਸਾਫਿਰ ਨਿਕਲਦੀਆਂ ਨੇ ਮਾਲ ਗੱਡੀਆਂ ਨਿਕਲਦੀਆਂ ਨੇ ਅਤੇ ਇਸ ਸਟੇਸ਼ਨ ਦੇ ਉੱਤੇ ਤਕਰੀਬਨ ਹਰ ਗੱਡੀ ਰੁਕ ਕੇ ਜਾਂਦੀ ਹੈ ਪਰ ਅਜਿਹੇ ਦੇ ਵਿੱਚ ਇਹ ਹਾਦਸਾ ਆਪਣੇ ਆਪ ਦੇ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਹੈ ਜਿੱਥੇ ਕਿ ਇੱਕ ਟ੍ਰੇਨ ਦੇ ਡੱਬੇ ਦੇ ਵਿੱਚ ਅੱਗ ਲੱਗ ਗਈ ਇਹ ਟ੍ਰੇਨ ਦਾ ਡੱਬੇ ਦੇ ਵਿੱਚ ਕਿਹਾ ਜਾ ਰਿਹਾ ਕਿ ਰੇਲਵੇ ਦੇ ਕਰਮਚਾਰੀ ਰਹਿੰਦੇ ਸੀ ਤਾਂ ਜਦੋਂ ਇਸ ਡੱਬੇ ਦੇ ਵਿੱਚ ਰੇਲਵੇ ਦੇ ਕਰਮਚਾਰੀ ਖਾਣਾ ਬਣਾ ਰਹੇ ਸੀ ਤਾਂ ਅਚਾਨਕ ਹੀ ਇਸ ਦੇ ਵਿੱਚ ਅੱਗ ਲੱਗ ਗਈ ਹਾਲਾਂਕਿ ਇਹ ਡੱਬਾ ਜੋ ਹੈ ਉਹ ਆਊਟਰ ਸਟੇਸ਼ਨ ਦੇ ਉੱਤੇ ਖੜ੍ਹਾ ਸੀ ਜਿਸ ਦੇ ਕਾਰਨ ਵੱਡਾ ਬਚਾਅ ਹੋਇਆ ਤਾਂ ਦੱਸ ਦਈਏ ਕਿ ਅੰਬਾਲਾ ਦਾ ਸਟੇਸ਼ਨ ਉਹ ਸਟੇਸ਼ਨ ਹੈ ਜਿੱਥੇ ਵਾਧੂ ਸੰਖਿਆ ਦੇ ਵਿੱਚ ਮੁਸਾਫਿਰ ਮੌਜੂਦ ਰਹਿੰਦੇ ਨੇ ਆਉਣਾ ਜਾਣਾ ਲੱਗਿਆ ਰਹਿੰਦਾ ਅਤੇ ਟ੍ਰੇਨਾਂ ਵੀ ਇੱਥੋਂ ਵਾਧੂ ਸੰਖਿਆ ਦੇ ਵਿੱਚ ਨਿਕਲਦੀਆਂ ਨੇ ਤਾਂ ਦੱਸ ਦਈਏ ਕਿ ਅੰਬਾਲਾ ਦੇ ਸਟੇਸ਼ਨ 'ਤੇ ਇਹ ਭਿਆਨਕ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਕਿ ਰੇਲਵੇ ਦੇ ਕਰਮਚਾਰੀ ਇਸ ਡੱਬੇ ਦੇ ਵਿੱਚ ਰਹਿੰਦੇ ਸੀ ਅਤੇ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੁੰਦੀ ਹੈ ਗੈਸ ਲੀਕ ਹੋਣ ਤੋਂ ਬਾਅਦ ਡੱਬੇ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਦੇ ਉੱਤੇ ਜੋ ਰੇਲਵੇ ਪ੍ਰਸ਼ਾਸਨ ਹੈ ਉਹ ਵੀ ਪਹੁੰਚਦਾ ਹੈ ਹਾਲਾਂਕਿ ਮੌਕੇ ਦੇ ਉੱਤੇ ਜੋ ਨੇ ਰੇਲਵੇ ਦੇ ਅਧਿਕਾਰੀ ਉਹ ਵੀ ਪਹੁੰਚਦੇ ਨੇ ਅਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਅਤੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਰਾਤ ਦੀ ਸੂਚਨਾ ਮਿਲੀ ਕਿ 2:15 ਕੇ ਆਸ ਪਾਸ तो हम तुरंत उसी टाइम दो गाड़ियां लेकर आए ज़्यादा नज़र आई तो हमने तीसरी गाड़ी और मंगवा ली तो अब आग बुझ चुकी है पूरी कंट्रोल है हम तकरीबन एक घंटा के आसपास लग गया कितने बजे कॉल आया था 1:45 कितनी गाड़ियां लगती तीन गाड़ियां क्या कारण था कारण तो ये तो रेलवे वाले ही बता सकते हैं क्या कारण था किस रीजन से आग लगी है कैसे लगी कौन से डिब्बे थे ये तो इनका शायद सवारी डब्बा ही है कोई या सामान वगैरह कोई राशन है कुछ ऐसा ही है सामान है खड़े रहते थे ये नहीं पता सर हमें ये तो जाने के लिए तैयार थे या कैसे था कैसा कट ऑफ कर रखा था इन्होंने अभी आग पे काबू पा लिया कंट्रोल है अधिकारी और उसी दौरान उनसे रिपोर्ट कट गई है और ये उपस्था की गैस लीकेज से कम हुई सर कौन सी ट्रेन की बोगी थी ये क्या ये कर्मचारी खुद ये रहने के लिए नरखी बोगी रेलवे द्वारा और इसमें कर्मचारी रहते हैं और ये यार्ड में लगी हुई बोगी है जो कर्मचारी काम करते हैं रेलवे का उनके लिए नुकसान था ये और ये तीन सिलेंडर अंदर थे एक फट गया दो बाहर है फिलहाल कितनी फायर ब्रिगेड की गाड़ियाँ और कितना नुकसान हुआ इसमें 3 फायर ब्रिगेड गाड़ी आई हुई हैं और नुकसान डिब्बा डैमेज हो गया और बाकी रेलवे का सामान और तेल तो जल गया और बाकी जो कर्मचारी सामान थे वो उसमें जल गए सर कोई जनहानि